ਸਤਿ ਸ਼੍ਰੀ ਅਕਾਲ ਦੋਸਤੋ, ਆਪ ਸਭ ਦਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਕਲਾਸ ਵਿੱਚ। ਸੋ ਦੋਸਤੋ, ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ 9ਵੀਂ ਜਮਾਤ ਦੇ ਵਿਦਿਆਰਥੀਆਂ ਦੇ ਲਈ ਉਹਨਾਂ ਦਾ ਜਿਹੜਾ ਸਬਜੈਕਟ ਹੈ ਇੰਗਲਿਸ਼, ਉਸ ਦੇ ਵਿੱਚ ਉਹਨਾਂ ਦਾ ਜਿਹੜਾ ਲੈਸਨ ਨੰਬਰ 3 ਹੈ ਇਨ ਦਾ ਫਲੱਡ, ਅੱਜ ਉਹ ਲੈ ਕੇ ਆਏ ਹਾਂ। ਠੀਕ ਹੈ ਜੀ। ਸੋ ਇਸ ਲੈਸਨ ਨੂੰ ਅਸੀਂ ਪਹਿਲਾਂ ਤੁਹਾਨੂੰ ਸਮਰੀ ਦੱਸਾਂਗੇ, ਇਹ ਲੈਸਨ ਦੀ ਸਟੋਰੀ ਹੈ ਕੀ, ਬਾਅਦ ਵਿੱਚ ਇਸ ਦੇ ਜਿੰਨੇ ਵੀ ਕੁਐਸਚਨ ਨੇ ਉਹਨਾਂ ਸਾਰਿਆਂ ਦੇ ਆਂਸਰ ਤੁਹਾਨੂੰ ਨਾਲ ਐਕਸਪਲੇਨ ਕਰਕੇ ਦੱਸਾਂਗੇ। ਠੀਕ ਹੈ ਦੋਸਤੋ। ਸੋ ਦੋਸਤੋ, ਜੇਕਰ ਤੁਸੀਂ ਇਸ ਲੈਸਨ ਤੋਂ ਪਹਿਲੇ ਜਿਹੜੇ ਦੋ ਲੈਸਨ ਨੇ, ਠੀਕ ਹੈ ਜੀ, ਉਹਨਾਂ ਦੇ ਉੱਤੇ ਬਣੀ ਵੀਡੀਓ ਦੇਖਣਾ ਚਾਹੁੰਦੇ ਹੋ, ਜਿਵੇਂ ਕਿ ਵਿਸ਼ਿਜ਼ ਕਮ ਟੂ ਲੈਸਨ ਨੰਬਰ 2 ਤੇ ਲੈਸਨ ਨੰਬਰ 1 ਦਾ ਮੈਜਿਕ ਵਾਇਲਨ, ਇਹਨਾਂ ਦੋਨਾਂ ਦੇ ਜਿਹੜੇ ਲਿੰਕ ਨੇ ਉਹ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤੇ ਗਏ ਹਨ, ਤੁਸੀਂ ਕਲਿੱਕ ਕਰਕੇ ਉਹਨਾਂ ਲੈਸਨਾਂ ਦੀ ਵੀ ਵੀਡੀਓ ਦੇਖ ਸਕਦੇ ਹੋ। ਸੋ ਦੋਸਤੋ, ਸ਼ੁਰੂ ਕਰਦੇ ਹਾਂ ਲੈਸਨ ਨੰਬਰ 3 ਇਨ ਦਾ ਫਲੱਡ। ਸੋ ਸਭ ਤੋਂ ਪਹਿਲਾਂ ਜਾਣਦੇ ਹਾਂ ਇਸ ਲੈਸਨ ਦੇ ਪਾਠ ਦੀ ਕਹਾਣੀ। ਸੋ ਲੈਸਨ ਹੈ ਇਨ ਦਾ ਫਲੱਡ। ਇਨ ਦਾ ਫਲੱਡ ਮਤਲਬ ਹੁੰਦਾ ਹੈ, ਫਲੱਡ ਮਤਲਬ ਉਹ ਹੁੰਦਾ ਹੈ ਹੜ, ਇਨ ਦਾ ਫਲੱਡ ਇਹਦਾ ਮਤਲਬ ਹੁੰਦਾ ਹੈ ਹੜ ਦੇ ਵਿਚਕਾਰ ਜਾਂ ਹੜ ਦੇ ਦੌਰਾਨ। ਠੀਕ ਹੈ ਜੀ। ਸੋ ਆਓ ਹੁਣ ਜਿਹੜਾ ਹੈ ਲੈਸਨ ਦੀ ਸਮਰੀ ਪੜ੍ਹਦੇ ਹਾਂ। ਸੋ ਕਹਾਣੀ ਕੁਝ ਇਸ ਤਰ੍ਹਾਂ ਹੈ। ਸੋ ਪਿੰਡ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਵਰਖਾ ਹੋਣ ਦੇ ਕਾਰਨ ਹੜ ਆ ਗਿਆ ਸੀ ਅਤੇ ਪਿੰਡ ਵਿੱਚ ਕੋਈ ਵੀ ਸੁੱਕੀ ਜਗ੍ਹਾ ਨਾ ਹੋਣ ਕਾਰਨ ਪਿੰਡ ਦੇ ਲੋਕ ਉੱਥੇ ਇੱਕ ਉੱਚੀ ਥਾਂ ਤੇ ਬਣੇ ਹੋਏ ਮੰਦਰ ਵਿੱਚ ਜਾ ਕੇ ਸ਼ਰਨ ਲੈਂਦੇ ਹਨ, ਕਿਉਂਕਿ ਪਿੰਡ ਦੀ ਜਿਹੜੇ ਮੰਦਰ ਹੈ, ਮੰਦਰ ਦੀ ਇਮਾਰਤ ਜਿਹੜੀ ਹੈ ਉਹ ਕਾਫੀ ਜ਼ਿਆਦਾ ਉੱਚੀ ਹੈ। ਸੋ ਸਾਰੇ ਪਿੰਡ ਦੇ ਜਿਹੜੇ ਲੋਕ ਹਨ ਉਹ ਉਸ ਮੰਦਰ ਦੇ ਵਿੱਚ ਜਾ ਕੇ ਹੜ ਤੋਂ ਬਚਣ ਲਈ ਸ਼ਰਨ ਲੈਂਦੇ ਹਨ। ਸੋ ਮੰਦਰ ਵਿੱਚ ਬਹੁਤ ਸਾਰੇ ਬੱਚੇ ਹਨ, ਠੀਕ ਹੈ ਜੀ, 67 ਬੱਚੇ ਹਨ ਤੇ ਬਹੁਤ ਸਾਰੇ ਆਦਮੀ ਔਰਤਾਂ ਹਨ ਤੇ ਉਹਨਾਂ ਦੇ ਨਾਲ ਉਹਨਾਂ ਦੇ ਜਾਨਵਰ, ਕੁੱਤੇ, ਬੱਕਰੀਆਂ ਤੇ ਹੋਰ ਪਾਲਤੂ ਜਾਨਵਰ ਨੇ, ਉਹ ਵੀ ਸਾਰੇ ਮੰਦਰ ਦੀ ਛੱਤ ਦੇ ਉੱਤੇ ਚੜ ਕੇ ਪਾਣੀ ਦੇ ਹੜ ਤੋਂ ਬਚਣਾ ਚਾਹੁੰਦੇ ਹਨ ਤੇ ਉੱਤੇ ਖੜੇ ਹੋਏ ਹਨ ਮੰਦਰ ਦੀ ਉਡੀਕ ਦੇ ਵਿੱਚ। ਸੋ ਉੱਥੇ ਹੀ ਪਿੰਡ ਦੇ ਵਿੱਚ ਰਹਿਣ ਵਾਲਾ ਇੱਕ ਵਿਅਕਤੀ ਜਿਸਦਾ ਨਾਂ ਹੈ ਚਿੰਨਾ ਪਰਾਇਆ, ਉਹ ਆਪਣੇ ਪਰਿਵਾਰ ਦੇ ਨਾਲ ਪਿੰਡ ਦੇ ਵਿੱਚ ਰੁਕਿਆ ਹੋਇਆ ਹੈ। ਉਸਦੇ ਪਰਿਵਾਰ ਦੇ ਵਿੱਚ ਉਸਦੇ 4 ਬੱਚੇ ਹਨ ਅਤੇ ਉਸਦੀ ਇੱਕ ਪਤਨੀ ਹੈ ਜੋ ਕਿ ਗਰਭਵਤੀ ਹੈ, ਉਸਦਾ ਇੱਕ ਕੁੱਤਾ ਹੈ ਅਤੇ ਇੱਕ ਬਿੱਲੀ ਵੀ ਹੈ। ਸੋ ਜਿਹੜਾ ਚਿੰਨਾ ਪਰਾਇਆ ਹੈ ਉਹ ਹੜ ਦੇ ਦੌਰਾਨ ਆਪਣੇ ਘਰ ਦੇ ਵਿੱਚ ਹੀ ਰੁਕਦਾ ਹੈ। ਉਸਦੀ ਜਿਹੜੀ ਝੌਂਪੜੀ ਹੈ ਉਹ ਮਾਂਸ ਅਤੇ ਨਾਰੀਅਲ ਦੇ ਪੱਤਿਆਂ ਦੇ ਨਾਲ ਉਸਨੇ ਬਣਾਈ ਹੋਈ ਹੈ, ਉੱਥੇ ਇੱਕ ਜਗ੍ਹਾ ਬਣੀ ਹੋਈ ਹੈ ਮਾਂਸ ਦੇ ਪੱਤਿਆਂ ਦੇ ਨਾਲ, ਜਿੱਥੇ ਉਹ ਬੈਠ ਕੇ ਮਦਦ ਦੀ ਉਡੀਕ ਕਰ ਰਿਹਾ ਹੈ ਅਤੇ ਨਾਲ ਇਹ ਵੀ ਆਸ਼ਾ ਕਰ ਰਿਹਾ ਹੈ ਕਿ ਸ਼ਾਇਦ ਹੜ ਦਾ ਪਾਣੀ ਜਿਹੜਾ ਹੈ ਮੀਂਹ ਹੁਣ ਰੁਕ ਜਾਵੇਗਾ ਤੇ ਹੜ ਦਾ ਪਾਣੀ ਜਿਹੜਾ ਹੈ ਉਹ ਵਾਪਸ ਘਟਣਾ ਸ਼ੁਰੂ ਹੋ ਜਾਵੇਗਾ। ਪਰ ਚਿੰਨਾ ਪਰਾਇਆ ਜਿਹੜਾ ਹੈ 2 ਰਾਤਾਂ ਤੇ 1 ਦਿਨ ਤੋਂ ਆਪਣੀ ਝੌਂਪੜੀ ਵਿੱਚ ਹੀ ਟਿਕਿਆ ਹੋਇਆ ਹੈ। ਉਹ ਇਸ ਕਰਕੇ ਰੁਕਿਆ ਹੋਇਆ ਹੈ ਕਿਉਂਕਿ ਉਹ ਨਾਰੀਅਲ, ਕੇਲੇ ਦੇ, ਉਸਦੇ ਘਰ ਦੇ ਵਿੱਚ ਨਾਰੀਅਲ ਹੈ, ਕੇਲੇ ਦੇ ਰੁੱਖ ਹਨ ਅਤੇ ਪਸ਼ੂਆਂ ਦਾ ਚਾਰਾ ਹੈ ਜਿਸ ਨੂੰ ਉਹ ਛੱਡ ਕੇ ਜਿਹੜਾ ਹੈ ਨਹੀਂ ਜਾਣਾ ਚਾਹੁੰਦਾ ਹੈ। ਉਸਨੂੰ ਡਰ ਹੈ ਕਿ ਜਿਹੜੇ ਚੋਰ ਹਨ ਉਸਦੇ ਨਾਰੀਅਲ ਨੂੰ, ਉਸਦੇ ਜਿਹੜੇ ਕੇਲੇ ਹਨ ਲੱਗੇ ਹੋਏ ਘਰ ਦੇ ਵਿੱਚ ਉਹਨਾਂ ਨੂੰ ਅਤੇ ਜਿਹੜਾ ਹੈ ਚਾਰਾ ਹੈ ਪਸ਼ੂਆਂ ਦਾ ਉਹ ਚੋਰੀ ਕਰਕੇ ਲੈ ਜਾਣਗੇ, ਜਿਸ ਕਰਕੇ ਜਿਹੜੇ ਹਨ ਉਹ ਪਿੰਡ ਨੂੰ ਆਪਣਾ ਘਰ ਜਿਹੜਾ ਛੱਡ ਕੇ ਨਹੀਂ ਜਾ ਰਿਹਾ। ਪਰ ਅੰਤ ਵਿੱਚ ਪਾਣੀ ਜਿਹੜਾ ਹੈ ਕਾਫੀ ਜ਼ਿਆਦਾ ਚੜ ਜਾਣ ਤੋਂ ਬਾਅਦ ਉਹ ਆਪਣੀ ਝੌਂਪੜੀ ਦੇ ਉੱਪਰ ਬੈਠ ਕੇ ਫਿਰ ਮਦਦ ਦਾ ਇੰਤਜ਼ਾਰ ਕਰਦਾ ਹੈ। ਕਿਸਮਤ ਦੇ ਨਾਲ ਇੱਕ ਕਿਸ਼ਤੀ ਵਾਲਾ ਉਸਦੀ ਆਵਾਜ਼ ਸੁਣ ਕੇ ਉਸਦੀ ਮਦਦ ਲਈ ਉਸਦੇ ਕੋਲ ਆ ਜਾਂਦਾ ਹੈ। ਚਿੰਨਾ ਪਰਾਇਆ ਆਪਣੀ ਪਤਨੀ, 4 ਬੱਚਿਆਂ ਅਤੇ ਬਿੱਲੀ ਸਮੇਤ ਕਿਸ਼ਤੀ ਵਿੱਚ ਬੈਠ ਜਾਂਦਾ ਹੈ, ਪਰੰਤੂ ਉਹ ਜਿਹੜਾ ਹੈ ਝੌਂਪੜੀ ਦੀ ਨੁੱਕਰ ਵਿੱਚ ਬੈਠੇ ਹੋਏ ਕੁੱਤੇ ਨੂੰ ਨਾਲ ਲਿਜਾਣਾ ਭੁੱਲ ਜਾਂਦਾ ਹੈ ਕਿਉਂਕਿ ਬਹੁਤ ਜ਼ਿਆਦਾ ਘਬਰਾਇਆ ਹੋਇਆ ਹੈ ਅਤੇ ਫਟਾਫਟ ਜਿਹੜਾ ਹੈ ਉਹ ਕਿਸ਼ਤੀ ਦੇ ਵਿੱਚ ਬੈਠਣ ਦੇ ਚੱਕਰ ਦੇ ਵਿੱਚ ਉਸ ਕੁੱਤੇ ਨੂੰ ਭੁੱਲ ਜਾਂਦਾ ਹੈ। ਹੁਣ ਜਿਹੜਾ ਕੁੱਤਾ ਹੈ ਉਹ ਝੌਂਪੜੀ ਦੇ ਵਿੱਚ ਇਕੱਲਾ ਰਹਿ ਜਾਂਦਾ ਹੈ। ਸੋ ਜਿਹੜਾ ਫਿਰ ਕੁੱਤਾ ਹੈ ਪਾਣੀ ਜਿਉਂ-ਜਿਉਂ ਵੱਧਦਾ ਹੈ ਉਹ ਫਿਰ ਜਿਹੜਾ ਝੌਂਪੜੀ ਦੀ ਛੱਤ ਦੇ ਉੱਪਰ ਆ ਕੇ ਬੈਠ ਜਾਂਦਾ ਹੈ। ਸੋ ਕੁਝ ਦਮੇ ਬਾਅਦ ਉੱਥੇ ਜਿਹੜਾ ਕੁੱਤਾ ਹੈ ਇੱਕਦਮ ਭੌਂਕਣਾ ਸ਼ੁਰੂ ਕਰ ਦਿੰਦਾ ਹੈ। ਉਹ ਦੇਖਦਾ ਹੈ ਕਿ ਉਸਦੇ ਜਿਹੜੀ ਝੌਂਪੜੀ ਦੇ ਕੋਲੋਂ ਇੱਕ ਬਹੁਤ ਵੱਡਾ ਮਗਰਮੱਛ ਜਿਹੜਾ ਹੈ ਉਸਦੇ ਨੇੜੇ ਆਉਂਦਾ ਹੈ। ਸੋ ਕੁੱਤਾ ਇੱਕਦਮ ਭੌਂਕਣਾ ਸ਼ੁਰੂ ਕਰ ਦਿੰਦਾ ਹੈ, ਫਿਰ ਜਿਹੜਾ ਉਹ ਮਗਰਮੱਛ ਹੈ ਉੱਥੋਂ ਦੂਰ ਚਲਾ ਜਾਂਦਾ ਹੈ ਅਤੇ ਕੁਝ ਸਮੇਂ ਬਾਅਦ ਇੱਕ ਕਿਸ਼ਤੀ ਘਰ ਦੇ ਨੇੜੇ ਆਉਂਦੀ ਹੈ। ਕੁੱਤਾ ਪੂਛ ਹਲਾਉਣੀ ਸ਼ੁਰੂ ਕਰ ਦਿੰਦਾ ਹੈ, ਪਰੰਤੂ ਉਹ ਵਿਅਕਤੀ ਨਾਰੀਅਲ ਤੋੜ ਕੇ ਉਸਦਾ ਪਾਣੀ ਪੀ ਕੇ ਚਲਾ ਜਾਂਦਾ ਹੈ ਅਤੇ ਉਹ ਕੁੱਤੇ ਨੂੰ ਨਾਲ ਲੈ ਕੇ ਨਹੀਂ ਜਾਂਦਾ ਹੈ। ਤਾਂ ਕੁੱਤਾ ਦੇਖਦਾ ਹੈ ਕਿ ਜਿਹੜੇ ਕਾਂ ਨੇ ਉਹ ਮਰੇ ਹੋਏ ਜਾਨਵਰ ਜਿਨ੍ਹਾਂ ਦੀਆਂ ਲਾਸ਼ਾਂ ਤੈਰ ਰਹੀਆਂ ਹਨ ਉਹਨਾਂ ਦਾ ਮਾਸ ਖਾ ਰਹੇ ਹੁੰਦੇ ਹਨ ਅਤੇ ਕੁੱਤਾ ਮਯੂਸ ਹੋ ਕੇ ਬੈਠ ਜਾਂਦਾ ਹੈ। ਪਰ ਫਿਰ ਦੇਖਦਾ ਇੱਕ ਹੋਰ ਕਿਸ਼ਤੀ ਆ ਰਹੀ ਹੈ ਜਿਸ ਵਿੱਚ 2 ਵਿਅਕਤੀ ਸਵਾਰ ਹਨ। ਕੁੱਤਾ ਉਹਨਾਂ ਨੂੰ ਦੇਖ ਕੇ ਭੌਂਕਣਾ ਸ਼ੁਰੂ ਕਰ ਦਿੰਦਾ ਹੈ, ਪਰੰਤੂ ਉਹ ਵੀ ਜਿਹੜੇ ਹਨ ਉਹ ਵਿਅਕਤੀ ਕੁੱਤੇ ਦੀ ਕੋਈ ਮਦਦ ਨਹੀਂ ਕਰਦੇ ਬਲਕਿ ਉਹ ਚੋਰੀ ਕਰਨ ਆਏ ਹੁੰਦੇ ਹਨ। ਸੋ ਜਦੋਂ ਉਹ ਦੋਨਾਂ ਵਿੱਚੋਂ ਇੱਕ ਵਿਅਕਤੀ ਕੇਲੇ ਤੇ ਚਾਰਾ ਚੁੱਕ ਰਿਹਾ ਹੁੰਦਾ ਹੈ ਤਾਂ ਕੁੱਤਾ ਉਸ ਵਿਅਕਤੀ ਦੇ ਲੱਤ ਤੇ ਦੰਦ ਵੜ ਦਿੰਦਾ ਹੈ।
ਅਜਿਹਾ ਕਰਨ ਤੇ ਜਿਹੜਾ ਦੂਸਰਾ ਵਿਅਕਤੀ ਹੈ ਉਹ ਕੁੱਤੇ ਦੇ ਜ਼ੋਰ ਨਾਲ ਢਿੱਡ ਦੇ ਵਿੱਚ ਠੰਡਾ ਮਾਰਦਾ ਹੈ, ਜਿਸ ਨਾਲ ਕੁੱਤਾ ਜਿਹੜਾ ਹੈ ਉਹ ਜ਼ਖਮੀ ਹੋ ਜਾਂਦਾ ਹੈ। ਪਰ ਕੁੱਤਾ ਫਿਰ ਵੀ ਲਗਾਤਾਰ ਭੌਂਕਣਾ ਜਾਰੀ ਰੱਖਦਾ ਹੈ ਤੇ ਜਿਹੜਾ ਵਿਅਕਤੀ ਜਿਸਦੇ ਪੈਰ ਤੇ ਵੱਡਿਆ ਹੁੰਦਾ ਹੈ ਉਹ ਫਿਰ ਉੱਥੇ ਹੀ ਸਮਾਨ ਛੱਡ ਕੇ ਵਾਪਸ ਕਿਸ਼ਤੀ ਤੇ ਬੈਠ ਕੇ ਉੱਥੋਂ ਚਲੇ ਜਾਂਦਾ ਹੈ। ਇਸ ਤਰ੍ਹਾਂ ਕੁੱਤਾ ਆਪਣੇ ਅੰਤਿਮ ਸਾਹ ਤੱਕ ਆਪਣੇ ਮਾਲਕ ਪ੍ਰਤੀ ਵਫ਼ਾਦਾਰੀ ਦਿਖਾਉਂਦਾ ਹੋਇਆ ਉਸਦੇ ਘਰ ਅਤੇ ਸਮਾਨ ਦੀ ਰਾਖੀ ਕਰਦਾ ਹੈ। ਜ਼ਖਮੀ ਹੋਣ ਕਰਕੇ ਅਤੇ ਕਾਫੀ ਸਮਾਂ ਲੰਘ ਜਾਣ ਕਰਕੇ ਜਿਹੜਾ ਕੁੱਤਾ ਹੈ ਉਸਦੀ ਜਿਹੜੀ ਹਾਲਤ ਹੈ ਉਹ ਕਾਫੀ ਜ਼ਿਆਦਾ ਵਿਗੜ ਜਾਂਦੀ ਹੈ। ਅੰਤ ਨੂੰ ਉਹ ਜਿਹੜਾ ਹੈ ਜਿਹੜੀ ਛੱਤ ਹੈ ਉਸ ਝੌਂਪੜੀ ਦੇ ਉਹਦੇ ਉੱਤੇ ਟਿਕ ਜਾਂਦਾ ਹੈ, ਕੁੱਝ ਬੋਲਦਾ ਚੱਲਦਾ ਨਹੀਂ, ਹਿਲਦਾ ਵੀ ਨਹੀਂ ਹੈ, ਕਿਉਂਕਿ ਉਸ ਚੋਰ ਨੇ ਜਿਹੜੀ ਉਸਨੂੰ ਸੱਟ ਮਾਰੀ ਹੁੰਦੀ ਹੈ ਉਹ ਕਾਫੀ ਜ਼ਿਆਦਾ ਗੰਭੀਰ ਹੁੰਦੀ ਹੈ, ਜਿਸ ਕਰਕੇ ਕੁੱਤਾ ਜਿਹੜਾ ਬਹੁਤ ਜ਼ਿਆਦਾ ਦਰਦ ਦੇ ਵਿੱਚ ਹੁੰਦਾ ਹੈ। ਫਿਰ ਇੱਕ ਵਾਰੀ ਫਿਰ ਮਗਰਮੱਛ ਕੁੱਝ ਦੇਰ ਬਾਅਦ ਉੱਥੇ ਆਉਂਦਾ ਹੈ ਤੇ ਕੁੱਤੇ ਨੂੰ ਜ਼ਖਮੀ ਕਰਕੇ ਜਿਹੜਾ ਹੈ ਉਹ ਜਾਨੋਂ ਮਾਰ ਦਿੰਦਾ ਹੈ। ਫਿਰ ਜਦੋਂ ਕੁੱਝ ਦਿਨਾਂ ਬਾਅਦ ਹੜ੍ਹ ਦਾ ਪਾਣੀ ਉਤਰ ਜਾਂਦਾ ਹੈ ਤਾਂ ਚੰਨਾ ਪਰਾਇਆ ਜਿਹੜਾ ਹੈ ਉਹ ਵਾਪਸ ਝੌਂਪੜੀ ਵੱਲ ਆਉਂਦਾ ਹੈ ਅਤੇ ਕੁੱਤੇ ਨੂੰ ਲੱਭਦਾ ਹੈ ਤੇ ਜਦੋਂ ਵਾਪਸ ਆਉਂਦਾ ਹੈ ਉਹ ਦੇਖਦਾ ਹੈ ਕਿ ਉਸ ਨੂੰ ਉੱਥੇ ਕੁੱਤੇ ਦੀ ਗਲੀ ਸੜੀ ਲਾਸ਼ ਮਿਲਦੀ ਹੈ, ਜਿਸ ਨੂੰ ਉਹ ਪਛਾਣਨਾ ਵੀ ਮੁਸ਼ਕਿਲ ਹੋ ਜਾਂਦਾ ਹੈ ਕਿ ਇਹ ਚੰਨਾ ਪਰਾਇਆ ਦਾ ਕੁੱਤਾ ਹੈ ਜਾਂ ਫਿਰ ਕਿਸੇ ਹੋਰ ਦਾ। ਸੋ ਉਹ ਕੁੱਤੇ ਨੂੰ ਦੇਖ ਕੇ ਬਹੁਤ ਜ਼ਿਆਦਾ ਉਦਾਸ ਹੁੰਦਾ ਹੈ। ਸੋ ਬੱਚਿਓ, ਇਹ ਸੀ ਸਾਰੀ ਸਟੋਰੀ ਜਿਹੜੀ ਹੈ ਇਸ ਲੈਸਨ ਦੀ, ਇਨ ਦਾ ਫਲੱਡ। ਠੀਕ ਹੈ ਜੀ, ਤੁਹਾਨੂੰ ਸਾਰੀ ਸਟੋਰੀ ਉੱਪਰ ਐਕਸਪਲੇਨ ਕਰ ਦਿੱਤੀ ਹੈ, ਇਸਦੀ ਸਮਰੀ ਦੱਸ ਦਿੱਤੀ ਹੈ ਵੀ ਇਹ ਸਟੋਰੀ ਹੈ ਕੀ। ਸੋ ਦੋਸਤੋ, ਹੁਣ ਇਸੇ ਲੈਸਨ ਦੇ ਨਾਲ ਜੁੜੇ ਹੋਏ ਜਿਹੜੇ ਹਨ ਆਪਾਂ ਪ੍ਰਸ਼ਨ ਉੱਤੇ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਹੈ ਕੁਸ਼ਚਨ ਨੰਬਰ 1, ਵੇਅਰ ਡਿਡ ਦਾ ਵਿਲੇਜਰਸ ਟੇਕ ਸ਼ੈਲਟਰ, ਵਾਈ? ਸੋ ਪਿੰਡ ਦੇ ਲੋਕਾਂ ਨੇ ਕਿੱਥੇ ਸ਼ਰਨ ਲਈ ਤੇ ਕਿਉਂ? ਇਸਦਾ ਉੱਤਰ ਹੈ, ਆਨਸਰ, ਦ ਵਿਲੇਜਰ ਟੁੱਕ ਸ਼ੈਲਟਰ ਇਨ ਦਾ ਟੈਂਪਲ। ਪਿੰਡ ਵਾਲਿਆਂ ਨੇ ਮੰਦਿਰ ਦੇ ਵਿੱਚ ਸ਼ਰਨ ਲਈ। ਦੇਰ ਵਾਜ ਅ ਫਲੱਡ ਇਨ ਦਾ ਵਿਲੇਜ ਐਂਡ ਦਾ ਟੈਂਪਲ ਵਾਜ ਦਾ ਹਾਈਐਸਟ ਪੁਆਇੰਟ, ਸੋ ਵਿਲੇਜਸ ਟੁੱਕ ਸ਼ੈਲਟਰ ਦੇਅਰ। ਸੋ ਪਿੰਡ ਦੇ ਵਿੱਚ ਹੜ ਆਇਆ ਹੋਣ ਕਰਕੇ ਜਿਹੜਾ ਪਿੰਡ ਦਾ ਮੰਦਿਰ ਹੈ ਉਹ ਪਿੰਡ ਦੀ ਸਾਰ ਨਾਲੋਂ ਉੱਚੀ ਜਗ੍ਹਾ ਹੈ, ਇਸ ਕਰਕੇ ਪਿੰਡ ਦੇ ਲੋਕਾਂ ਨੇ ਉੱਥੇ ਸ਼ਰਨ ਲਈ। ਅੱਗੇ ਕੁਸ਼ਚਨ ਨੰਬਰ 2, ਵਾਈ ਡਿਡ ਚਿੰਨਾ ਪਰਾਇਆ ਨੋਟ ਵਾਂਟ ਟੂ ਲੀਵ ਹਿਸ ਹਟ? ਜਿਹੜਾ ਚਿੰਨਾ ਪਰਾਇਆ ਹੈ ਉਹ ਆਪਣੀ ਜਿਹੜੀ ਝੌਂਪੜੀ ਹੈ ਛੱਡ ਕੇ ਕਿਉਂ ਨਹੀਂ ਸੀ ਜਾਣਾ ਚਾਹੁੰਦਾ? ਸੋ ਇਹਦਾ ਆਨਸਰ ਕਰਦੇ ਹਾਂ, ਆਨਸਰ, ਚਿੰਨਾ ਹੈਡ ਬਨਾਨਾ ਟ੍ਰੀ ਐਂਡ ਹੇ ਸਟੈਕ ਇਨ ਹਿਸ ਪਲੋਟ। ਜਿਹੜਾ ਚਿੰਨਾ ਪਰਾਇਆ ਹੈ ਉਸਦੇ ਘਰ ਦੇ ਵਿੱਚ ਇੱਕ ਕੇਲਿਆਂ ਦਾ ਦਰਖਤ ਸੀ ਤੇ ਪਸ਼ੂਆਂ ਦਾ ਚਾਰਾ ਸੀ। He had fear of thieves, so he did not want to leave them behind. ਉਸਨੂੰ ਚੋਰਾਂ ਦਾ ਡਰ ਸੀ, ਜਿਸ ਕਰਕੇ ਉਹ ਉਹਨਾਂ ਨੂੰ ਪਿੱਛੇ ਛੱਡ ਕੇ ਨਹੀਂ ਜਾਣਾ ਚਾਹੁੰਦਾ ਸੀ। ਇਹਨਾਂ ਨੂੰ ਨਹੀਂ ਛੱਡ ਕੇ ਜਾਣਾ ਚਾਹੁੰਦਾ ਸੀ ਕੇਲੇ ਦੇ ਦਰਖਤ ਨੂੰ, ਜਿਸ ਵਿੱਚ ਕੇਲੇ ਲੱਗੇ ਹੋਏ ਸਨ, ਨਾਰੀਅਲ ਦਾ ਦਰਖਤ ਵੀ ਸੀ ਤੇ ਹੇ ਸਟੇਕ ਯਾਨੀ ਕਿ ਜਿਹੜਾ ਹੈ ਜਾਨਵਰਾਂ ਦਾ ਚਾਰਾ ਹੈ, ਉਹਨਾਂ ਨੂੰ ਛੱਡ ਕੇ ਨਹੀਂ ਜਾਣਾ ਚਾਹੁੰਦਾ ਸੀ। ਉਸਨੂੰ ਚੋਰਾਂ ਦਾ ਡਰ ਸੀ ਕਿ ਉਹ ਚਰਾ ਕੇ ਲੈ ਜਾਣਗੇ। ਅੱਗੇ ਕੁਸ਼ਚਨ ਨੰਬਰ 3, ਵੈਨ ਡਿਡ ਚਿੰਨਾ ਲੀਵਸ ਹਿਸ ਹਟ? ਚਿੰਨਾ ਨੇ ਆਪਣਾ ਘਰ ਜਾਂ ਝੌਂਪੜੀ ਕਦੋਂ ਛੱਡੀ? ਆਨਸਰ, ਚਿੰਨਾ ਫੌਟ ਵਿਦ ਦਾ ਫਲੱਡ ਫੌਰ 2 ਨਾਈਟਸ ਐਂਡ ਏ ਡੇ। ਜਿਹੜਾ ਚਿੰਨਾ ਹੈ ਉਹ ਹੜ੍ਹ ਦੇ ਨਾਲ ਜੂਝਦਾ ਰਿਹਾ 2 ਰਾਤਾਂ ਤੇ 1 ਦਿਨ, ਬਟ ਦਾ ਵਾਟਰ ਕੰਟੀਨਿਊਸ ਰਾਈਜ਼ਿੰਗ, ਪਰ ਪਾਣੀ ਦਾ ਜਿਹੜਾ ਸਤਰ ਹੈ ਪਾਣੀ ਲਗਾਤਾਰ ਚੜ੍ਹਦਾ ਜਾ ਰਿਹਾ ਸੀ। ਚਿੰਨਾਸ ਪ੍ਰੈਗਨੈਂਟ ਚਿੰਨਾਸ ਪ੍ਰੈਗਨੈਂਟ ਵਾਈਫ ਐਂਡ ਹਿਸ 4 ਕਿਡ ਵਰ ਆਲਸੋ ਵਿਦ ਹਿਮ। ਚਿੰਨਾ ਦੇ ਨਾਲ ਉਸਦੇ 4 ਬੱਚੇ ਤੇ ਉਸਦੀ ਗਰਭਵਤੀ ਔਰਤ ਵੀ ਨਾਲ ਸੀ। ਸੋ ਹੀ ਲੈਫਟ ਹਿਸ ਹਟ। ਸੋ ਉਸਨੇ ਅੰਤ ਦੇ ਵਿੱਚ ਘਰ ਆਪਣੀ ਜਿਹੜਾ ਘਰ ਹੈ ਜਾਂ ਝੌਂਪੜੀ ਛੱਡਣ ਦਾ ਫੈਸਲਾ ਕੀਤਾ। ਕੁਸ਼ਚਨ ਨੰਬਰ 4, ਹਾਊ ਡਿਡ ਚਿੰਨਾ ਲੀਵ ਦਾ ਵਿਲੇਜ? ਚਿੰਨਾ ਨੇ ਆਪਣਾ ਘਰ ਕਿਵੇਂ ਛੱਡਿਆ? ਆਨਸਰ, ਚਿੰਨਾ ਸਾ ਬੋਟ ਐਟ ਸਮ ਡਿਸਟੈਂਸ ਐਂਡ ਹੀ ਕ੍ਰਾਈਡ ਫੋਰ ਹੈਲਪ ਟੂ ਦਾ ਬੋਟਮੈਨ। ਚਿੰਨਾ ਘਰ ਦੀ ਛੱਤ ਤੋਂ ਬੈਠ ਕੇ ਉਸਨੇ ਦੂਰੋਂ ਇੱਕ ਕਿਸ਼ਤੀ ਆਉਂਦੀ ਦੇਖੀ। ਉਸਨੇ ਉੱਚੀ ਉੱਚੀ ਚਲਾਉਣਾ ਸ਼ੁਰੂ ਕੀਤਾ। ਉਸਦੀ ਆਵਾਜ਼ ਉਸ ਕਿਸ਼ਤੀ ਵਾਲੇ ਨੇ ਸੁਣ ਲਈ। ਲਕਲੀ ਦੇ ਹੇਅਰਡ ਹਿਮ ਐਂਡ ਕੇਮ ਟੂ ਹਿਸ ਹੈਲਪ। ਸੋ ਉਹ ਕਿਸਮਤ ਨਾਲ ਉਸ ਕਿਸ਼ਤੀ ਵਾਲੇ ਨੇ ਉਸਦੀ ਆਵਾਜ਼ ਸੁਣ ਲਈ ਤੇ ਉਸਦੀ ਮਦਦ ਲਈ ਆਇਆ। ਚਿੰਨਾ ਹਿਸ ਵਾਈਫ ਕਿਡ ਕੁਇਕਲੀ ਟੁੱਕ ਦਾ ਬੋਟ ਐਂਡ ਲੈਫਟ ਦਾ ਵਿਲੇਜ। ਚਿੰਨਾ ਉਸਦੀ ਘਰਵਾਲੀ ਅਤੇ ਬੱਚੇ ਤੁਰੰਤ ਬੋਟ ਤੇ ਬੈਠ ਗਏ ਤੇ ਪਿੰਡ ਨੂੰ ਛੱਡ ਦਿੱਤਾ। ਅੱਗੇ ਕੁਸ਼ਚਨ ਨੰਬਰ 5, ਹੂ ਵੈਂਟ ਵਿਦ ਚਿੰਨਾ? ਚਿੰਨਾ ਦੇ ਨਾਲ ਕੌਣ ਗਏ? ਆਨਸਰ, ਚਿੰਨਾ ਵਾਈਫ ਹਿਸ 4 ਕਿਡ ਐਂਡ ਦਾ ਕੈਟ ਵੈਂਟ ਵਿਦ ਹਿਮ। ਚਿੰਨਾ ਦੀ ਪਤਨੀ, ਉਸਦੇ 4 ਬੱਚੇ ਤੇ ਬਿੱਲੀ ਉਸਦੇ ਨਾਲ ਗਏ। ਕੁਸ਼ਚਨ ਨੰਬਰ 6, ਵਾਈ ਡਿਡ ਦਾ ਡੌਗ ਕਰਾਈ ਕੰਟੀਨਿਊਸਲੀ? ਸੋ ਜਿਹੜਾ ਕੁੱਤਾ ਹੈ ਉਹ ਲਗਾਤਾਰ ਕਿਉਂ ਰੋ ਰਿਹਾ ਸੀ? ਆਨਸਰ, ਦ ਡੌਗ ਵਾਜ ਹੰਗਰੀ ਐਂਡ ਅਲੋਨ। ਜਿਹੜਾ ਕੁੱਤਾ ਹੈ ਉਹ ਭੁੱਖਾ ਸੀ ਤੇ ਨਾਲ ਇਕੱਲਾ ਸੀ। ਹੀ ਹੋਪ ਡੈਟ ਸਮਵਨ ਵੁੱਡ ਹੀਅਰ ਹਿਮ ਐਂਡ ਰੈਸਕਿਊ ਹਿਮ ਫਰੋਮ ਦੈਟ ਪਲੇਸ। ਉਸਨੂੰ ਉਮੀਦ ਸੀ ਕਿ ਕੋਈ ਉਸਨੂੰ ਸੁਣ ਲਵੇਗਾ ਤੇ ਉਸਨੂੰ ਬਚਾ ਲਵੇਗਾ। ਦੈਟਸ ਵਾਈ ਹੀ ਕੈਪਟ ਕਰਾਈਂਗ। ਇਸ ਕਰਕੇ ਉਹ ਲਗਾਤਾਰ ਰੋ ਰਿਹਾ ਸੀ।
क्वेश्चन नंबर 7, हाउ लोंग वाज द डॉग अलोन इन द हट। सो जेड़ा कुत्ता है वह छत की झोंपड़ी की छत कितनी देर तो कला सी। आंसर, ही वाज अलोन फॉर 2 days and 2 nights। वह 2 दिन से 2 रातों तो उत्थे कला ही सी। क्वेश्चन नंबर 8, डिड एनीवन हेल्प द डॉग। की कुत्ते की किसी ने मदद की। आंसर, नोबडी हेल्प द डॉग। किसी ने भी उसकी मदद नहीं की। क्वेश्चन नंबर 9, वाई डिड द 2 men केम टू द हट। सो 2 आदमी उन्होंने झोंपड़ी वाल क्यों आए। आंसर, द 2 men वर थीव्स। जेडे वो 2 आदमी सी वो चोर सन। दे केम टू स्टील ए कोकोनट्स एंड बनाना फ्रॉम द हट। वो जेडे सी वो चुराण आए सन चारा नारियल ते केलिया नू। ठीक है जी, अगे क्वेश्चन नंबर 10, वाई डिड द थीव हिट द डॉग। वो चोरां ने कुत्ते नू क्यों मारिया। आंसर, द 2 men वर थीव्स एंड दे वॉन्टेड टू स्टील द थिंग फ्रॉम द हट। जेडे वो 2 आदमी सन वो चोर सन। वो उस झोंपड़ी दे विचों जेड़ा समान सी उसनू चुराण लई आए सन। The dog show his loyalty and bit them। कुत्ते ने अपनी वफादारी दिखांदे होया एक बंदे नू दंद मार दिता। Thus they hit the dog with a pole in the belly। इसलिए उन्होंने कुत्ते दे जेड़ा है ढिड दे विच पोल दे नाल जोर नाल वार किया। क्वेश्चन नंबर 11, वट हैपन टू द डॉग इन द एंड। सो अंत दे विच कुत्ते नाल की हुंदा है। आंसर, एक क्रोकोडाइल कॉट द डॉग एंड किल्ड हिम। एक मगरमच्छ आके कुत्ते नूं फड़ लैंदा है उसनूं मार दिंदा है। वैन द फ्लड वाटर रिसीडेड, जदों हड़ दा पानी उतरदा है। हिज डेड बॉडी वॉज फाउंड अंडर अ कोकोनट ट्री। सो उसका मरिया होया जिहड़ा शरीर है वह जिहड़ा नारियल का दरख्त है उसके नीचे उसनूं मिलदा है। वन ऑफ इट्स ईयर वर बिटन ऑफ, उसका एक कन्न जिहड़ा है वह खादा होया सी। द कलर ऑफ द बॉडी हैड चेंज, उसके शरीर का जिहड़ा रंग है बदल चुका सी। इट वॉज ऑल रोटन, वह बुरी तरह नाल खादा होया सी, चीर फाड़ किया होया सी। सो दोस्तों, ए सी लैसन नंबर 3 इन द फ्लड 9वीं क्लास के विद्यार्थियों के लिए। सो दोस्तों, एक बार फिर दस दें, इस तो पहला लैसन के उत्ते बनी वीडियो देखना चाहते हो, हेठा डिस्क्रिप्शन बॉक्स के दोनों लैसन के लिंक दिए गए हैं, क्लिक करके देख सकते हो। फिर तुम इसे साढ़े लैसन की प्लेलिस्ट बनी हुई है साढ़े चैनल 9वीं क्लास की इंग्लिश सब्जेक्ट की। सो उत्थे जाके भी तुम प्लेलिस्ट के सारिया वीडियो देख सकते। ठीक है जी। सो दोस्तों, जल्दी मिलांगे नवी वीडियो नवा लैसन लैके। तद तक लई धन्यवाद।